ਮਾਈ ਕੋਲੋਂ ਮੈਨੂੰ ਸ਼ਰਤ ਨਾ ਦੱਸਵਾਓ ਕਿਉਂ ਕਿਉਂ ਇਹੋ ਜਿਹੀਆਂ ਮਾਈਆਂ ਅਜੀਬ ਸ਼ਰਤ ਵੀ ਦੱਸ ਦਿੰਦੀਆਂ ਜੀ ਅਗਰ ਮੈਂ ਆਪਣੀ ਬੱਚੀ ਦਾ ਵਿਆਹ ਉਹਦੇ ਨਾਲ ਕਰਨਾ ਜਿਹੜਾ ਪਹਿਲੇ 6 ਮਹੀਨੇ ਮੇਰੇ ਨਾਲ ਕੱਟੇ ਕਿੰਨਾ ਕੁ ਲੋਡ ਚੁੱਕ ਲੈਂਦਾ
ਬੜੀ ਖੋਜਲ ਬੱਚੀ ਹੈ ਕਿਵੇਂ ਇਹੋ ਜੀਆਂ ਬੱਚੀਆਂ ਜਿਸ ਘਰ ਚ ਕਿਰਾਏ ਤੇ ਰਹਿਣ ਦੀ ਹੋਣ ਨਾ ਮਾਲਕ ਮਕਾਨ ਦਾ ਪੁੱਤਰ ਆਪਣੇ ਕੋਲੋਂ ਪੈਸੇ ਦੇ ਕੇ ਕਹਿਣ ਦਾ ਅੱਬਾ ਜੀ ਉਧਰੋਂ ਕਿਰਾਇਆ ਆ ਗਿਆ ਗਿਆ ਕੁਆਲਿਟੀ ਨਹੀਂ ਇਸ ਗੱਲ ਤੇ ਤੁਸੀਂ ਵੀ ਗੌਰ ਕਰ ਸਕਦੇ ਹੋ ਤੂੰ ਆਪਣਾ ਵੀਰ ਬਣਾ ਲਾ ਲੜਾਈ ਵਾਲੀ ਕਿਹੜੀ ਗੱਲ ਤੇਰੇ ਸਦਕੇ
ਜੇ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਕਾਲਾ ਗਰਮ ਹੋਣਾ ਤੇ ਅਸੀਂ ਪਿਆ ਅੰਬ ਲੈਣ ਲਈ ਕਰਨਾ। ਨਹੀਂ ਨਹੀਂ, ਜੇ ਇਹ ਹੋਵੇ ਕਿ ਸ਼ਾਦੀ ਤੋਂ ਬਾਅਦ ਤੁਸੀਂ ਗੋਸ਼ਤ ਦਾਲ ਦੇ ਪੈਸੇ ਦੇ ਕੇ ਜਾਓ ਤੇ ਪੱਕਿਆ ਗੋਸ਼ਤ ਹੋਵੇ, ਕੋਈ ਗੱਲ ਤੇ ਨਹੀਂ ਕਰੋਗੇ? ਹਾਂ ਕੁੜੀਏ, ਹਾਂਜੀ ਤੂੰ ਆਪਣੀ ਭੈਣ ਦਾ ਵਿਆਹ ਨਾ ਮਾਮੇ ਮੂਦੇ ਨਾ ਕਰ। ਮੈਂ ਕਦੀ ਕੁਛ ਕਰਦਾ ਕਦੀ ਕੁਛ ਕਰਦਾ, ਜਦੋਂ ਕੁਛ ਨਹੀਂ ਨਾ ਹੁੰਦਾ ਫਿਰ ਮੈਂ ਕੁਛ ਕਰ ਜਾਂਦਾ। ਚੰਗੀ ਗੱਲ ਹੈ, ਕਰਦੇ ਕੀ ਜੇ? ਮੇਰੀ ਔਲਾਦ ਚੰਗੀ ਨਿਕਲਦੀ ਨਹੀਂ। ਤੈਨੂੰ ਨੀ ਨਾ ਪਤਾ ਇਹਦੇ ਬਾਰੇ, ਇਹਦੀ ਬੇਬੇ ਨਾ ਜਿਹੜੀ ਮੇਰੀ ਬੀਵੀ ਚੌਂਕ ਚ ਸੁੱਤੀ ਰਹੀ। ਹੋਰ ਕੋਈ ਮੇਰੇ ਲਾਇਕ ਦਸੀ ਜਾਈ ਇੱਥੇ ਹੀ ਆ। ਹਾਂਜੀ ਮੈਂ ਕਿਹਾ ਜੀ ਤੁਸੀਂ ਦੱਸਿਆ ਨੀ ਕਰਦੇ ਕੀ ਜੇ ਉਹ ਕੁੜੀਏ? ਹਾਂਜੀ ਇਹ ਕਿਹੜੀ ਘੁੰਮਣ ਘੇਰੀ ਮੈਨੂੰ ਪਾਉਂਦਾ ਹੀ ਆ ਤੂੰ? ਚਲੋ ਕਰਦੇ ਕੀ ਆ, ਕਰਦੇ ਕੀ ਤੈਨੂੰ ਨੀ ਸਮਝ ਆਉਂਦਾ? ਮੇਰਾ ਸਿਰ ਚ ਪਾਉਂਦਾ ਹੀ ਸਵਾਲ ਪੁੱਛੇ ਸਵਾ ਵਿਆਹ ਹੋ ਗਿਆ ਨਾ ਪੱਕਾ? ਮੇਰੇ ਜਾਨ ਜੀ ਮੇਰੇ ਨਾਲ ਆਏ। ਅੱਛਾ ਆਓ ਵੀ ਰਾਜ ਵੇਖ ਲੈ ਭਾਈ ਜੀ ਬਾਜਿਆ ਨਾ ਕੀ ਕਰਨਾ ਉਹਨਾਂ ਦਾ ਮਿਹਨਤ ਤਰਲਾ ਹੀ ਕਰਨਾ ਤੇ ਉਹ ਭਾਈ ਜੀ ਦੇਗਾ ਨਾ ਕੀ ਕਰਨਾ? ਦੇਗਾ ਨਾ ਜੋ ਪਹਿਲਾਂ ਕੀਤਾ ਸੀ। ਅੱਛਾ ਜੀ ਉਹ ਪਿਛਲੇ ਵਿਆਹ ਦੇ ਵੀ ਇੱਕ ਦੇਗ ਦਿੱਤੀ ਸੀ, ਇੱਕ ਦੇਗ ਨਾਲ ਕਿਹੜਾ ਵਿਆਹ ਹੁੰਦਾ? ਭਾਬੀ ਦੇ ਵਾਲ ਕਿੱਡੇ ਸੋਹਣੇ ਨੇ ਵਗੈਰੇ ਵਾਲ ਨੇ, ਉਹ ਛੱਕੇ ਛੁੱਕੇ ਮਾਰਦਾ ਇਹ ਚਪਲਾ ਚੁਪਲਾ ਮਾਰਦੀ ਆ। ਹੁਣ ਸੂਫੀ ਸਾਹਿਬ ਸਵੇਰੇ ਹੜਤਾਲ ਵੀ ਕਰਾਉਣੀ ਹੈ। ਚੀਜ਼ਾਂ ਹੋਣੀਆਂ ਭਾਈ ਕਿਹੜੀਆਂ? ਖਾਣ ਪੀਣ ਵਾਲੀਆਂ, ਲਾਉਣ ਵਾਲੀਆਂ ਨੀ।
ਸਾਡਾ ਕੀ ਭਾਈ ਨਾ ਸਾਡਾ ਕਿਸੇ ਚੀਜ਼ ਨਾਲ ਤਲਕ ਆਟੇ ਨਾਲ ਤੇ ਹੈ ਹੀ ਨਹੀਂ ਤਲਕ ਨਹੀਂ ਨਹੀਂ ਤੁਸੀਂ ਤੇ ਬੂਰੇ ਵਾਲੀਆਂ ਬਣਾਉਂਦੇ ਆ ਯਾਰ ਜੀ ਲਓ ਜੀ ਅਰਜ ਕੀਤਾ ਜੀ ਖਾਣ ਪੀਣ ਵਾਲੀਆਂ ਚੀਜ਼ਾਂ ਨਹੀਂ ਭਾਈ ਜੇ ਬਲੀ ਮਾਂ ਪੱਕੀ ਵੋ ਕਹਿਣੀ ਕਰ ਗਈ ਕੈਸੀ ਜਾਦੂ ਕਰੀ ਜੇ ਬਲੀ ਮਾਂ ਪੱਕੀ ਵੋ ਕਹਿਣੀ ਕਰ ਗਈ ਕੈਸੀ ਜਾਦੂ ਕਰੀ ਪਲੇਟ ਮੇਰੀ ਤੂਨੇ ਛੀਨ ਲਈ ਹੈ ਅਭੀ ਚਾਂਪੇ ਤੋਂ ਵੈਸੇ ਹੀ ਫੜੀ Okay.
ਇਹਨੂੰ ਸ਼ਾਪਰ ਵਿੱਚ ਪੁਆ ਦੇ, ਉਹਨੂੰ ਆਖੀ ਭਰ ਕੇ ਪਾਵੇ, ਐਵੇਂ ਮੈਨੂੰ ਨਾ ਟਰਕਾਵੇ, ਹੁਣ ਮੈਂ ਰੱਜ ਗਈ ਆ ਛੱਡਾ ਮੈਨੂੰ ਘਰ ਗੁਜਰਾ। ਤੈਨੂੰ ਦੱਸਣਾ ਨਾ ਹੁਣੇ, ਠਹਿਰ ਜਾ ਜ਼ਰਾ। ਸਾਰੀਆਂ ਰਿਪੋਰਟਾਂ ਤੇਰੀਆਂ ਮੈਂ ਪਤਾ ਕਰਵਾ ਲਿਆ। ਭਾਗਨੇ ਕੀ ਕੋਸ਼ਿਸ਼ ਮਤ ਕਰਨਾ, ਕੀਤਾ ਕੀ ਖਲੋਤੀਆਂ ਨੇ ਨਾ, ਇਹ ਕੁੜੀਆਂ ਨੀ, ਇਹਦੀਆਂ ਮਸ਼ੀਨਾਂ ਨੇ ਜਨਾਬ, ਇਹ ਮੇਰੀਆਂ ਮਸ਼ੀਨਾਂ ਨੇ ਜਨਾਬ। ਇਹ ਤਿੰਨ ਮੈਂ ਇੱਥੇ ਲਾਈਆਂ ਨੇ, ਇੱਕ ਮੈਂ ਤਨੂਰ ਤੇ ਲਾਈ। ਖਲੋਤੀ ਗਿੱਠ ਤੇ ਬੈਠੀ ਮੁੱਠ ਪਰਲੀ, ਬੜੀਆਂ ਖੋਚਲ ਬੱਚੀ ਇਹ ਜਿਹੜੀ ਹੈ ਕਰਨ ਡਈ। ਇਹ ਬਾਹਰ ਜਾਓ ਤੇ ਇੰਜ ਨੀ ਕਰਨ ਡਈ, ਚਲੋ ਮੇਰੇ ਸਾਥ ਥਾਣੇ ਚਲੋ। ਮੈਂ ਕੀਤਾ ਕੀ ਹੈ ਭਾਈ, ਕਾਹਦਾ ਥਾਣੇ? ਤੁਮਨੇ ਕਿਆ ਨਹੀਂ ਕੀਆ ਬਤਾਏ ਆਪਕੋ? ਤੂੰ ਵੀ ਲੜਕੀਓਂ ਕੇ ਝੂਠੇ ਬਾਪ ਬਣਕਰ ਇਨਕੋ ਆਪਣੇ ਸਾਥ ਮਿਲਾ ਕਰ ਲੋਗੋਂ ਸੇ ਸ਼ਾਦੀਆਂ ਤੈਅ ਕਰਵਾਤੇ ਹੋ, ਉਨਸੇ ਫਰੋਡ ਕਰਤੇ ਹੋ, ਉਨਕੋ ਲੂਟਤੇ ਹੋ ਤੁਮ। ਸਿਰਫ ਇਸ ਲਈ ਕਿ ਜ਼ਿਆਦਾ ਸੇ ਜ਼ਿਆਦਾ ਦੌਲਤ ਹਾਸਿਲ ਕਰ ਸਕੋ। ਅਗਰ ਤੁਮੇ ਦੌਲਤ ਸੇ ਇਤਨਾ ਹੀ ਪਿਆਰ ਹੈ ਤੋ ਮਰਤੇ ਵਕਤ ਇਤਨੀ ਦੌਲਤ ਆਪਣੇ ਸਾਥ ਲੈ ਜਾਣਾ ਕਿ ਉਸ ਸੋਹਣੇ ਰੱਬ ਕੋ ਦੇਖ ਕਰ ਆਪਣੀ ਬਖਸ਼ਿਸ਼ ਕਰਵਾ ਸਕੋ। ਵੈਰੀ ਗੁੱਡ, ਤੁਮ ਜੈਸੇ ਲੋਗੋਂ ਕੀ ਵਜ੍ਹਾ ਸੇ ਬੈਰੂਨੇ ਮੁਲਕ ਕੇ ਲੋਕ ਹਮਾਰੇ ਮੁਲਕ ਮੇ ਘੁਸ ਕਰ ਦਹਿਸ਼ਤ ਗਰਦੀ ਕਰ ਰਹੇ ਹੈ, ਭਾਈ ਕੋ ਭਾਈ ਸੇ ਮਰਵਾ ਰਹੇ ਹੈ। ਜਬ ਤੱਕ ਤੁਮ ਜੈਸੇ ਲੋਕ ਇਸ ਮਾਸ਼ਰੇ ਮੇ ਮੌਜੂਦ ਹੈ ਦਹਿਸ਼ਤ ਗਰਦੀ ਹੋਤੀ ਰਹੇਗੀ। ਮੈਂ ਹੋਵਾਂ ਜਾਂ ਤੂੰ ਹੋਵੇ ਜਾਂ ਕੋਈ ਹੋਰ, ਜ਼ਾਲਮ ਨਾਲ ਹਮਦਰਦੀ ਮੁੱਕਣੀ ਚਾਹੀਦੀ ਹੈ। ਮੇਰੇ ਫਾਕੇ ਨਹੀਂ ਮੁੱਕਦੇ ਤੇ ਨਾ ਮੁੱਕਣ, ਪਰ ਸ਼ਹਿਰ 'ਚ ਦਹਿਸ਼ਤ ਗਰਦੀ ਮੁੱਕਣੀ ਚਾਹੀਦੀ ਹੈ। ਜੋ ਮਰਜ਼ੀ ਹਾਲਾਤ ਹੋ ਜਾਣ। ਅੱਛਾ ਜੀ, ਰੋਟੀ 100 ਰੁਪਏ ਦੀ ਵਿਕਣੀ ਚਾਹੀਦੀ ਹੈ। ਚਲੋ ਗਾੜੀ ਮੈਂ ਬੈਠੋ ਜਾ ਕੇ। ਚਲੋ ਚਲ ਚਲ।